ਨਹੀਂ ਚਲੇਗੀ। ਜੇ ਇਹ ਨਾਕਾਮ ਰਹਿੰਦੇ ਨੇ ਵੀ ਕੁਆਲਿਟੀ ਵੀ ਇਹਨਾਂ ਦੀ ਮਾੜੀ ਹੁੰਦੀ ਹੈ ਤੇ ਜਿਹੜਾ ਖਾਣਾ ਗਾ ਉਹ ਸਬਸਿਡਾਈਜ਼ ਜਿੰਨੇ ਰੇਟ ਅਪਰੂਵ ਕੀਤੇ ਗਏ ਨੇ ਉਹਨੇ ਨਹੀਂ ਕੀਤੇ ਜਾਂਦੇ ਤਾਂ ਇਹ ਦੁਕਾਨਾਂ ਨੂੰ ਤਾਲੇ ਲਾਏ ਜਾਣਗੇ ਉਹਨਾਂ ਜਾ ਤੱਕ ਉਹਨੇ ਚਿਰ ਤੱਕ ਇਹ ਦੁਕਾਨਾਂ ਨਹੀਂ ਖੋਲ੍ਹ। ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ ਸਟੂਡੈਂਟ ਸੈਂਟਰ ਦੇ ਉੱਪਰ ਦੁਕਾਨਾਂ ਨੇ ਉਹਦੇ ਵਿੱਚ ਅਸੀਂ ਛਾਪਾ ਮਾਰਿਆ, ਸਾਨੂੰ ਖਬਰ ਆਈ ਕਿ ਸਾਡੇ ਦੋਸਤ ਨੇ ਦੱਸਿਆ ਕਿ ਉਹਦੇ ਵਿੱਚ ਇੱਕ ਉਹਦੀ ਥਾਲੀ ਦੇ ਵਿੱਚ ਕੋਕਰੋਚ ਆਇਆ ਤਾਂ ਉਹ ਤੋਂ ਬਾਅਦ ਅਸੀਂ ਛਾਪਾ ਮਾਰਿਆ। ਛਾਪਾ ਮਾਰਨ ਤੋਂ ਬਾਅਦ ਸਾਨੂੰ ਆਹ ਮਾਮਾ ਮੀਆਂ ਦੀ ਦੁਕਾਨ ਤੋਂ ਮਿਲਿਆ, ਆਹ ਗੁਰੂ ਉਹਨਾਂ ਸਾਰੀਆਂ ਜਿੰਨੀਆਂ ਵੀ ਦੁਕਾਨਾਂ ਨੇ ਉਹਨਾਂ ਦੁਕਾਨਾਂ ਦੇ ਵਿੱਚ ਕਿਸੇ 'ਚੋਂ ਸੁੰਡੀ ਮਿਲ ਰਹੀ ਆ, ਕਿਸੇ 'ਚੋਂ ਕੋਕਰੋਚ ਮਿਲ ਰਿਹਾ, ਕਿਸੇ 'ਤੇ ਸਫਾਈ ਨਹੀਂ ਹੈਗੀ, ਮਜ਼ਦੂਰਾਂ ਦੀ ਹਾਲਤ ਬਹੁਤ ਮਾੜੀ ਆ, ਖੜ੍ਹਨ ਨੂੰ ਜਗ੍ਹਾ ਨਹੀਂ ਹੈਗੀ ਅਤੇ ਫਰਿੱਜਾਂ ਦੇ ਵਿੱਚੋਂ ਮੁਸ਼ਕ ਆ ਰਹੀ ਆ। ਪਰ ਇਹ ਜਿਹੜੀ ਹੋਗੀ ਦੇ ਅਗਵਾਈ ਦੇ ਵਿੱਚ ਰਿਹਾ, ਇਹ ਪੰਜਾਬ ਯੂਨੀਵਰਸਿਟੀ ਜਿਹੜਾ DSW ਦਾ ਆਫਿਸ ਆ ਉਹਦੀ ਅਗਵਾਈ ਦੇ ਵਿੱਚ ਇਹ ਸਾਰਾ ਕੁਛ ਹੋ ਰਿਹਾ ਕਿਉਂਕਿ ਪੰਜਾਬ ਯੂਨੀਵਰਸਿਟੀ ਉਹਦੇ ਅੰਡਰ ਚੱਲਦੀ ਹੈ ਸਟੂਡੈਂਟ ਸੈਂਟਰ। ਤਾਂ ਸਟੂਡੈਂਟ ਸੈਂਟਰ ਦੇ ਵਿੱਚ ਜਿਹੜੀ ਜ਼ਿੰਮੇਦਾਰੀ ਬਣਦੀ ਆ ਇਹ DSW ਆਫਿਸ ਦੀ ਬਣਦੀ ਆ। DSW ਕਰਦਾ ਕੀ ਆ ਕਿ ਇੱਥੇ ਜਿੰਨੇ ਵੀ ਇਹ ਠੇਕੇਦਾਰ ਨੇ ਇਹ ਪਿਛਲੇ 25-25 ਸਾਲ ਤੋਂ ਇੱਕੋ ਬੰਦੇ ਨੂੰ ਠੇਕਾ ਕਿਵੇਂ ਮਿਲਦਾ ਇਹ ਪੁੱਛਣ ਵਾਲਾ ਸਵਾਲ ਆ। ਇਹ ਪੈਸੇ ਚੜ੍ਹਾਉਂਦੇ ਨੇ ਤਾਂ ਕਰਕੇ ਉਹੀ ਠੇਕਾ ਤੁਸੀਂ ਇੱਥੇ ਦੇਖ ਸਕਦੇ। ਇਹਨਾਂ ਦੇ ਚਾਚੇ ਮਾਮੇ ਤਾਏ ਉਹ 14 ਦੀ ਮਾਰਕੀਟ ਦੇ ਵਿੱਚ ਉਹਨਾਂ ਨੂੰ ਮਿਲਦਾ, ਤਾਂ ਇਹ ਇੱਕ ਮਿਲੀ ਭੁਗਤ ਆ। ਅਤੇ ਖਾਣੇ ਦਾ ਰੇਟ ਜਿਹੜਾ ਹੈਗਾ ਉਹ ਖਾਣੇ ਦਾ ਰੇਟ ਵੀ ਜੋ ਤੈਅਸ਼ੁਦਾ ਰੇਟ ਆ ਉਹ ਤੋਂ ਵੱਧ ਲਾਉਂਦੇ ਨੇ। ਮਤਲਬ ਮਾਮਾ ਮੀਆਂ ਦੀ ਦੁਕਾਨ ਦੇ ਉੱਪਰ 30 ਰੁਪਏ ਦਾ ਪਰੌਂਠਾ ਦਿੱਤਾ ਜਾਂਦਾ, 30-25-30 ਰੁਪਏ ਦੀ ਕੌਫੀ ਦਾ ਰੇਟ ਆ। ਮਤਲਬ ਕਿੱਥੇ ਮਤਲਬ ਜਿਹੜੇ ਅਪਰੂਵਡ ਰੇਟ ਨੇ ਉਹਨਾਂ ਦੀ ਲਿਸਟ ਤੱਕ ਨਹੀਂ ਲਾਉਂਦੇ। ਤਾਂ ਇੱਥੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਾਂ ਨੂੰ ਲੁੱਟ ਰਹੇ ਨੇ, ਕਿਹਦੀ ਸ਼ਹਿ 'ਤੇ? DSW ਆਫਿਸ ਦੀ ਸ਼ਹਿ 'ਤੇ, ਵਾਈਸ ਚਾਂਸਲਰ ਮੈਡਮ ਦੀ ਸ਼ਹਿ ਦੇ ਉੱਪਰ ਜਿਹੜਾ ਠੇਕਾ ਚੜ੍ਹਦਾ, ਇੱਕ ਇੱਕ ਬੰਦੇ ਨੂੰ ਉਹਨੂੰ ਹੀ ਠੇਕਾ ਮਿਲ ਰਿਹਾ। ਜਿਹੜੇ ਇੱਥੇ ਮਜ਼ਦੂਰ ਸਾਥੀ ਆ ਸਾਡੇ ਸਾਥੀ ਖੜ੍ਹੇ ਨੇ, ਉਹ ਮਜ਼ਦੂਰ ਸਾਥੀ ਜਿੰਨੇ ਪਿੱਛੇ ਖੜ੍ਹੇ ਨੇ ਉਹਨਾਂ ਦੀ ਹਾਲਤ ਇੰਨੀ ਮਾੜੀ ਆ, 16-16 ਘੰਟੇ ਕੰਮ ਕਰਵਾਉਂਦੇ ਨੇ ਅਤੇ ਉਹਨਾਂ ਨੂੰ ਤਨਖਾਹ ਜਿਹੜੀ ਆ ਨਿਗੂਣੀ ਤਨਖਾਹ ਦਿੱਤੀ ਜਾਂਦੀ ਆ ਅਤੇ ਜਿਹੜੇ ਵਰਕਿੰਗ ਕੰਡੀਸ਼ਨ ਆ ਉਹ ਸਭ ਤੋਂ ਭੈੜੀ ਆ। ਤਾਂ ਇਹ ਸਾਡੀ ਬੜੀ ਤਰਾਸਦੀ ਆ ਕਿ ਸਾਡੇ ਵਿਦਿਆਰਥੀ ਵੀ ਸਫ਼ਰ ਕਰ ਰਹੇ ਨੇ, ਮਜ਼ਦੂਰ ਵੀ ਸਫ਼ਰ। ਮੰਗ ਕੀ ਕਰਦੇ ਹੋ ਤੁਸੀਂ? ਕੀ ਮੰਗ ਕੀ ਆ? ਅਸੀਂ ਮੰਗ ਕਰਦੇ ਹਾਂ ਕਿ ਪਹਿਲਾਂ ਇਹਨਾਂ ਦਾ ਠੇਕਾ ਕੈਂਸਲ ਕੀਤਾ ਜਾਵੇ, DSW ਅਸਤੀਫਾ ਦੇਵੇ ਅਤੇ ਇੱਥੇ ਨਵਾਂ ਠੇਕਾ। ਮਤਲਬ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਅੰਦਰ ਕਿਉਂ ਨਹੀਂ ਲੈਂਦੀ? ਪੰਜਾਬ ਯੂਨੀਵਰਸਿਟੀ ਨੂੰ ਆਪਣੇ ਅੰਡਰ ਲੈ ਕੇ ਜਿਹੜੇ ਸਸਤੇ ਸਬਸਿਡਾਈਜ਼ ਰੇਟ 'ਤੇ ਵਿਦਿਆਰਥੀਆਂ ਨੂੰ ਪ੍ਰੋਵਾਈਡ ਕਰੇ। ਇੱਥੇ ਗਰੀਬ ਪਰਿਵਾਰਾਂ ਦੇ ਬੱਚੇ ਆਉਂਦੇ ਨੇ ਜਿਹੜੇ 60-60 ਰੁਪਏ ਦਾ, 100-100 ਰੁਪਏ ਦਾ ਸ਼ੇਕ ਨਹੀਂ ਲੈ ਸਕਦੇ। ਮਤਲਬ 100 ਰੁਪਏ ਦੀ ਥਾਲੀ ਆਮ ਗਰੀਬ ਪਰਿਵਾਰ ਦਾ ਬੱਚਾ ਨਹੀਂ ਲੈ ਸਕਦਾ। ਅਤੇ ਅਮੀਰਾਂ ਦੇ ਬੱਚਿਆਂ ਨੂੰ ਕੇਟਰ ਕਰਨ ਦੇ ਲਈ ਸਟੂਡੈਂਟ ਸੈਂਟਰ ਬਣਾਇਆ। ਮਤਲਬ ਜੇ ਕਿਸੇ ਨੇ ਕੋਈ ਕਿਸੇ ਨੇ ਥਾਲੀ ਖਾਣੀ ਆ, ਇੱਕ 40 ਰੁਪਏ ਦੀ ਥਾਲੀ, 35 ਰੁਪਏ ਦੀ ਥਾਲੀ ਕਿਉਂ ਨਹੀਂ ਹੈਗੀ ਇੱਥੇ? ਮੈਂ ਸਵਾਲ ਸਾਡੇ ਸਾਹਮਣੇ ਪੁੱਛਣ ਵਾਲੇ ਨੇ। ਮੇਰਾ ਰਮਨ ਦੀਵਾਨ ਹੈ ਜੀ। ਕਿਹੜੀ ਦੁਕਾਨ? ਕਿਹਦੀ? ਸਟੂਡੈਂਟ ਸੈਂਟਰ ਪਕਵਾਨ ਮੀਆਂ। ਅੱਛਾ, ਤੇ ਕੀ ਤੁਹਾਡੇ ਐਲੀਗੇਸ਼ਨ ਜਿਹੜੇ ਲੱਗ ਰਹੇ ਕਿਤੇ ਗੰਦਾ ਖਾਣਾ? ਐਲੀਗੇਸ਼ਨਸ ਦਾ ਕੰਮ ਨਹੀਂ ਹੈ ਜੀ, ਐਲੀਗੇਸ਼ਨਸ ਹੀ ਲਾਣੇ। ਐਲੀਗੇਸ਼ਨ ਲਾਏ ਬਗੈਰ ਕੋਈ ਕੰਮ ਨਹੀਂ ਹੈ। ਐਲੀਗੇਸ਼ਨ ਨਹੀਂ, ਪ੍ਰੂਫ। 3 ਸਾਲ ਹੋ ਗਏ। ਨਹੀਂ ਨਹੀਂ ਇੱਕ ਮਿੰਟ, 3 ਸਾਲ ਹੋ ਗਏ। ਅਸੀਂ ਬਾਈਟ ਕਰ ਰਹੇ ਹਾਂ, ਰੇਟ ਵਧੇ ਹੈ। ਇਹ ਕਹਿੰਦੇ ਇਹਨਾਂ ਨੂੰ ਸਬਸਿਡਾਈਜ਼ ਮਿਲਣਾ ਚਾਹੀਦਾ, ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਬਸਿਡੀ ਤੇ ਕਿਹੜੀ ਚੀਜ਼ ਆਉਂਦੀ ਹੈ ਦੁਕਾਨਦਾਰ ਨੂੰ। ਨਾ ਬਿਜਲੀ ਸਬਸਿਡੀ ਤੇ ਹੈ, ਨਾ ਲੇਬਰ ਸਬਸਿਡੀ ਤੇ ਹੈ, ਨਾ ਰਾਸ਼ਨ ਸਬਸਿਡੀ ਤੇ ਹੈ। ਸਾਰੀ ਚੀਜ਼ ਮਾਰਕੀਟ ਤੋਂ ਪਰਚੇਜ਼ ਕੀਤੀ ਜਾਂਦੀ ਹੈ। ਸਿਰਫ ਰੇਟ ਇਹ ਹੈ ਕਿ ਵੀ ਰੇਟ ਨਾ ਵਧਣ ਜੀ, ਬਸ ਹੋਰ ਇਹਨਾਂ ਦਾ ਕੀ ਹੈ। ਅੱਛਾ, ਜਿਹੜਾ ਇਹਨਾਂ ਨੇ ਦਿਖਾਇਆ, ਜਿਹੜਾ ਫੂਡ ਦਿਖਾਇਆ, ਗਾਜਰਾਂ ਦਿਖਾਇਆ, ਗਾਜਰਾਂ ਵਗੈਰਾ ਦਿਖਾਈਆਂ, ਬਾਈ ਮਿਸਟੇਕ ਹੋ ਸਕਦਾ ਕਿ ਕਿਸੇ ਕਾਰਨਰ 'ਚ ਫਰਿੱਜ ਪਿਆ ਹੋਵੇ, ਕਿਸੇ ਦੇ ਫਰਿੱਜ 'ਚ ਤਾਂ ਨਿਕਲ ਆਇਆ, ਯੂਜ਼ ਤਾਂ ਨਹੀਂ ਕੀਤਾ ਨਾ। ਇੱਥੇ ਸਾਡੇ ਬੱਚੇ ਵੀ ਰੋਟੀ ਖਾਂਦੇ ਨੇ, ਅਸੀਂ ਵੀ ਰੋਟੀ ਇੱਥੇ ਖਾਂਦੇ ਹਾਂ। ਅਗਰ ਅਸੀਂ ਇਹਨਾਂ ਨੂੰ ਇਹ ਕੀੜੇ ਖਵਾ ਰਹੇ ਨੇ 5 ਸਾਲਾਂ ਤੋਂ, ਦੱਸਣ 5 ਸਾਲਾਂ ਤੋਂ ਇਹਨੂੰ ਕੀੜੇ ਖਵਾ ਰਹੇ ਹਾਂ। ਅੱਜ ਅਗਰ ਕੀੜਾ ਨਿਕਲ ਆਇਆ ਤੇ ਇਹਨੂੰ ਇਹਨਾਂ ਨੇ ਬਵਾਲ ਬਣਾ ਲਿਆ ਕਿ ਘਰ ਦੇ ਵਿੱਚ ਇਹ ਗਲਤੀ ਨਹੀਂ ਹੁੰਦੀ? ਅਗਰ ਗਲਤੀ ਹੋ ਗਈ, ਅਸੀਂ ਆਪਣਾ ਪੱਖ ਦੱਸ ਲਿਆ। ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ ਸਬਸਿਡੀ ਦੀਆਂ,
ਦਵਾਓ ਯੂਨੀਵਰਸਿਟੀ ਕੋਲੋਂ ਸਬਸਿਡੀ, ਸਵਾ ਸਵਾ ਲੱਖ ਰੁਪਏ ਕਿਰਾਇਆ ਯੂਨੀਵਰਸਿਟੀ ਚਾਰਜ ਕਰਦੀ ਹੈ, ਉਹਦਾ ਉਹਦਾ ਯੂਨੀਵਰਸਿਟੀ ਕੋਲ ਦਿੰਦੀ ਨਹੀਂ। ਜਿਹੜੀ ਇਹਨਾਂ ਨੇ ਗੱਲ ਕਹੀ ਹੈ ਨਾ ਕਿ ਸਵਾ ਸਵਾ ਲੱਖ ਰੁਪਈਆ ਰੈਂਟ ਹੈ, ਦੱਸੋ ਮੈਨੂੰ ਇੱਕ ਗੱਲ ਦੱਸੋ, ਫਿਰ ਕਿਹੜੀ ਦੁਕਾਨ ਦਾ ਸਵਾ ਲੱਖ ਰੈਂਟ? ਤੁਸੀਂ ਸਟੇਟ ਆਫਿਸ ਹੁਣੇ ਫੋਨ ਕਰਕੇ ਸਟੇਟ ਛੱਡੋ, ਮੈਂ ਤੁਸੀਂ ਫੋਨ ਕਰਕੇ ਮੰਗਾਓ ਦਾ ਰੈਂਟ ਕਿੰਨੇ ਕਿੰਨੇ ਕਿਹੜੀ ਹੈ, ਕਿਰਾਓ ਚੈੱਕ ਕਰਾਇਆ, ਤੁਸੀਂ ਰੇਟ ਚੈੱਕ ਕਰਾਓ ਕਿਹੜੀ ਦੁਕਾਨ ਦਾ ਸਾਰੇ ਉਹ ਦੋ ਦੁਕਾਨਾਂ ਨੇ ਜਿੰਨਾ ਸਵਾ ਲੱਖ ਕਿਹੜੀਆਂ, ਦੋ ਦਾ ਨਹੀਂ ਇੱਕ ਦੁਕਾਨ ਦਾ। ਜੇ ਸਵਾ ਲੱਖ ਰੁਪਏ ਦਾ ਛੱਡ ਦੋ ਹੋ ਸਕਦਾ ਹੈ।